ਅਜਮਾ ਜੀ تشریف ਲੈ ਕੇ ਆਏ ਆ ਸਾਡੀ ਭਤੀਜੀ ਵੈਲਕਮ ਕਰਨੇ ਆ ਨਜਮਾ ਜੀ ਨੂੰ ਪੂਰੇ ਸੰਗੀਤ ਪਰਿਵਾਰ ਨੂੰ ਆਰ ਕੇ ਮਹਿੰਦੀ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਜੀ ਖਾਨ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹਾਂਜੀ ਹਾਂ ਫਜਲ ਦੇ ਵੇਲੇ ਚੂਰੀ ਦੇ ਫਜਲ ਦੇ ਵੇਲੇ ਚੂਰੀ ਦੇ ਕੇ ਫਜਲ ਦੇ ਵੇਲੇ ਚੂਰੀ ਦੇ ਫਜਲ ਦੇ ਵੇਲੇ ਚੂਰੀ ਦੇ ਕੇ ਫਜਲ ਦੇ ਵੇਲੇ ਚੂਰੀ رانجني يار منامي کوئی دیکھے نا رانجني يار منامي کوئی دیکھے نا ਸਾਡੇ ਜੀ ਖਾਨ ਅੱਜ ਦੇ ਸੁਪਰ ਸਟਾਰਾਂ ਵਿੱਚੋਂ ਇਸ ਸਾਡੇ ਬੱਚੇ ਤੇ ਐਡੀ ਕਰਾਮਤ ਹੋਈ ਹੈ ਬਸ ਡਾਲਰਾਂ ਵਾਲਾ ਗਾਣਾ ਗਾਇਆ ਤੇ ਡਾਲਰ ਹੀ ਲੁਕਵਾ ਗਿਆ ਸਾਰੇ ਇਹ ਮਈਆ ਭਗਵਾਨ ਦੀ ਕਿਰਪਾ ਹੋਈ ਹੈ ਜ਼ੋਰਦਾਰ ਤਾਲੀਆਂ ਜੀ ਖਾਨ ਵਾਸਤੇ ਅੱਲਾ ਇਹਦੀ ਤੋਹੀ فضل دے ویلے چوری دے فضل دے ویلے چوری دے کے ہاں فضل دے ویلے چوری دے فضل دے ویلے چوری دے کے 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 رانجنی یار منامی کوئی ویکھے نا رانجنی یار منامی کوئی ویکھے نا ਸੱਚੀਆਂ ਗੱਲਾਂ ਮੈਂ ਪੇਸ਼ ਕਰਨ ਲੱਗਿਆ ਹਾਂਜੀ ਸਾਡੇ ਪ੍ਰਧਾਨ ਜੀ ਦੀਪਕ ਰਸੂਲਪੁਰੀ ਸਾਹਿਬ ਉਹਨਾਂ ਨੂੰ ਇੱਕ ਸਨਮਾਨ ਚਿੰਨ ਦੇਣਾ ਮਈਆ ਭਗਵਾਨ ਜੀ ਦਾ ਬਾਬਾ ਸ਼ੰਭੂ ਜੀ ਸਾਡੇ ਪ੍ਰਧਾਨ ਜੀ ਦਾ ਸਨਮਾਨ ਕਰਨਗੇ ਦੀਪਕ ਸਾਡੀ ਜਿੰਦ ਜਾਨ ਸਾਡਾ ਛੋਟਾ ਭਾਈ ਹਾਂਜੀ ਪਟਿਆਰਾ ਸਾਹਿਬ ਜੀ ਬਹੁਤ ਸਾਰਾ ਮਾਣ ਪੀਤੇ ਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਸਾਡਾ ਭਤੀਜਾ ਬਹੁਤ ਸਾਰਾ ਮਾਣ ਦੇ ਕੇ ਗਏ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਨਲੋਡੇ ਤੋਂ ਵੀਰ ਜੀ ਮੇਰੇ ਵੀਰ ਭਰਾ ਮੇਰੇ ਵੱਡੇ ਬਹੁਤ ਸਾਰਾ ਆਸ਼ੀਰਵਾਦ ਦੇ ਕੇ ਗਏ ਸ਼ੁਕਰੀਆ ਸਿਰਫ ਪੰਜਵੇਂ ਕਾਲਾ ਸਾਰ ਰੱਖਿਆ ਤੇ ਜੀ ਖਾਨ ਉਥੋਂ ਹਾਈ ਪਿਚ ਤੋਂ ਗਾ ਲੈਂਦਾ ਹੈ ਪੰਜਵੇਂ ਕਾਲੇ ਤੋਂ ਇਹ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਚ ਕਿਹੜਾ ਪੁਰਜਾ ਫਿੱਟ ਕੀਤਾ ਹੈ ਉਸਤਾਦ ਹੈ ਮਾਸਟਰ ਸਲੀਮ ਤੇ ਸ਼ਗਿਰਦ ਆ ਜੀ ਖਾਨ ਇਹ ਗਾਉਣ ਨੂੰ ਵੀ ਇੱਕੋ ਜਿਹਾ ਤੇ ਐਦਾਂ ਕਰਨ ਨੂੰ ਵੀ ਇੱਕੋ ਜਿਹਾ ਜ਼ੋਰਦਾਰ ਤਾਲੀਆਂ ਦੋਨਾਂ ਵਾਸਤੇ ਮਾਸਟਰ ਸਲੀਮ ਤੇ ਜੀ ਖਾਨ ਪੇਜੀ ਸਾਡਾ ਸਾਹੂ ਹੈ ਸਨੀ ਸਨੀ ਜੀ ਬਹੁਤ ਸਾਰਾ ਪਿਆਰ ਔਰ ਸਾਡੀ ਜ਼ਿੰਦ ਜਾਨ
ऐसा तबला बजाउंदा साडा बच्चा साहिल गवैया भी है ते तबला भी बहुत शानदार बजाउंदा साहिल लव यू बिट लव यू مان کرینا تے دل چوں کڈی پلے آجو جی اچیاں جاتاں دا مان کرینا تبلا چکرا جڑا اچیاں جاتاں دا مان کرینا اے دل چوں کڈ پلے کھی تبلا چکراو ماشا جی ਇਹਨੂੰ ਕਿਤੇ ਸੌਰ ਕਰ ਲਿਓ ਚਲੋ ਬੇਤੇ ਤਬ ਆ ਬੇਸ 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 ਇਹ ਵੀ ਬੋਂਗ ਬੋਂਗ ਕਰਦਾ ਨਾ ਬੋਂਗ ਬੋਂਗ ਕਰਦਾ ਇਹਦੇ ਨਾਲ ਡਿਸਟਰਬੈਂਸ ਆ ਰਹੀ ਹੈ ਤਾਂ ਕਰ ਹਾਂਜੀ ਪਨ ਮੰਗਲਾ ਉੱਚੀਆਂ ਜਾਤਾਂ ਮਾਣ ਕਰੀਨ ਵਨ ਟੂ ਵਨ ਟੂ ਵਨ One, two, three, four. ਸੌਦੇ ਦੋਦੇ ਫਕੀਰ ਵੀ ਬੈਠੇ ਹੈ ਸੰਗਤ ਵੀ ਬੈਠੀ ਹੈ ਕਿਹੜਾ ਰੋਗ ਸਭ ਤੋਂ ਬੁਰਾ ਹੁੰਦਾ ਮੈਂ ਦੱਸਣ ਲੱਗਿਆ ਹਜ਼ੂਰ ਰੋਗਾਂ ਵਿੱਚੋਂ ਰੋਗ ਅਨੋਖਾ ਉਹ ਜਿਸ ਦਾ ਨਾਮ ਗਰੀਬੀ ਰੋਗਾਂ ਵਿੱਚੋਂ ਰੋਗ ਅਨੋਖਾ ਜਿਸ ਦਾ ਨਾਮ ਗਰੀਬੀ ਰੋਗਾਂ ਵਿੱਚੋਂ ਰੋਗ ਅਨੋਖਾ ਜਿਸ ਦਾ ਨਾਮ ਗਰੀਬੀ ਓਏ ਰੋਗਾਂ ਵਿੱਚੋਂ ਰੋਗ ਅਨੋਖਾ ਜਿਸ ਦਾ ਨਾਮ ਗਰੀਬੀ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀ ਮੁਸ਼ਕਲ ਵੇਲੇ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀ ਦੇਵੇ
رنگ نہ دیوے او کیو دا مڑ لالا میری میری رنگ نہ دیوے او کیو دا مڑ لالا جتھے گیاں دی قدر نہ ہوے جتھے گیاں دی قدر نہ ہوے اوتھے مڑ کی جا جتھے گیاں دی قدر نہ ہوے اوتھے مڑ کی جا سارا كلام هيري يا كيري يا رانا كسنة بكاجي برابندا جرى كنهانا فرياهو برابندا كنا سنة لكي بابا شموجي كندا برابندا نوما لبن توريا برابندا نوما لبن توريا منو برا لبيانا جد میں اندر چاہتی پائی جد میں اندر چاہتی پائی تے میتھوں برا نہ کوئی جد میں اندر چاہتی پائی میتھوں برا نہ کوئی جد میں اندر چاہتی پائی میتھوں برا نہ کوئی جد میں اندر چاہتی پائی میتھوں برا نہ کوئی میں ایک گل کہی سی ਇਹ ਜਿਹੜਾ ਅਸੀਂ ਸਾਰ ਰੱਖਿਆ ਨਾ ਉਹ ਪੰਜਵਾਂ ਕਾਲਾ ਮਤਲਬ ਸੰਗੀਤ ਵਾਲਿਆਂ ਨੂੰ ਪਤਾ ਉਹ ਕਹਿੰਦੇ ਹੁਣੇ ਯਾਰ ਪਹਿਲਾ ਕਾਲਾ ਦੇਖਿਆ ਦੂਜਾ ਕਾਲਾ ਦੇਖਿਆ ਪੰਜਵੇਂ ਕਾਲੇ ਤੇ ਆ ਗਿਆ ਮਤਲਬ ਪੰਜਵੇਂ ਕਾਲਾ ਸਾ ਆ ਪਰ ਅਸੀਂ ਬੜੀ ਮੁਸ਼ਕਲ ਨਾਲ ਗਾਉਣਾ ਤੇ ਹੁਣ ਜੀ ਖਾਨ ਨੇ ਸਾ ਟੂ ਸਾ ਵੀ ਗਾਉਣਾ ਇਹ ਸਲੀਮ ਤੇ ਜੀ ਖਾਨ ਇੱਕੋ ਹੀ ਹੈ ਜਿਹੜੇ ਗਾ ਸਕਦੇ ਆ ਠੀਕ ਆ ਜੀ ਬੁਰੇ ਬੰਦੇ ਨੂੰ ਮੈਂ ਲੱਭਣ ਟੁਰਿਆ ਮੈਨੂੰ ਬੁਰਾ ਲੱਭਿਆ ਨਾ ਕੋਈ ਜਦ ਮੈਂ ਅੰਦਰ ਜਾਤੀ ਪਾਈ ਮੇਥੋਂ ਬੁਰਾ ਨਾ ਕੋਈ ਤਾਲੀਆਂ ਇੱਕ ਚੀਰ ਹੋ ਜਾਂਦੀ ਹੈ ਵਾਹ ਵਾਹ ਲਵ ਜੂ ਵਾਹ 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 ਉਹ ਫਜ਼ਲ ਕਰਦਾ ਲੋਹੇ ਤਰ ਦੇ ਵੇ ਕਿਸੇ ਨੇ ਲੋਹਾ ਕਰਦਾ ਦੇਖਿਆ ਸਾਸਨ ਜੀ ਉਹ ਫਜ਼ਲ ਕਰਦਾ ਜੇ ਫਕੀਰ ਫਜ਼ਲ ਕਰਨ فضل کرے تا لوہے تری دے او پھٹیاں دے سج جڑی کے فضل کرے تا لوہے تری دے پھٹیاں دے سج جڑی کے کرے تا لوہے تری دے پھٹیاں دے سج جڑی کے اے کتے زنت جان محمد کتے
سنت جان محمد درد کی ہدا فری ਸਾਈ ਅੰਤਰਾ ਕਹਿਣ ਲੱਗਿਆ 2 ਮਿੰਟ ਵਿੱਚ ਤੇ ਮੇਰੇ ਤੋਂ ਬਾਅਦ ਪੇਜੀ ਸ਼ਾਹ ਕੁੜੀ ਸਾਹਿਬ ਮੇਰੇ ਸਾਜਾਂ ਨਾਲ ਗਾਉਣਗੇ ਇਹ ਮੇਰੇ ਨਹੀਂ ਹੈਗੇ ਇਹ ਪੇਜੀ ਦੇ ਹੀ ਹੈ ਆਹੋ ਤੂੰ ਵੀ ਮੇਰਾ ਹੀ ਹੈ ਗੱਲ ਹੀ ਕੋਈ ਨਹੀਂ ਹੈ ਐ ਸਲੀਮ ਮਾਸਟਰ ਸਲੀਮ ਉਹ ਗਾ ਕੇ ਚਲੇ ਗਏ ਜਾਣਾ ਸੀ ਕਿਤੇ ਨਹੀਂ ਤਾਂ ਜੀ ਖਾਨ ਤੋਂ ਬਾਅਦ ਹੀ ਗਾਉਣਾ ਸੀ ਕਿਉਂਕਿ ਇਹਨਾਂ ਦਾ ਅਕਸਰ ਪੇਚਾ ਪਿਆ ਹੀ ਰਹਿੰਦਾ ਲੜ ਗਿਆ ਪੇਚਾ ਹਾਂਜੀ 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 ਸਾਜ ਲੱਗੇ ਕੋਈ ਗੱਲ ਨਹੀਂ ساڈی ماتا جی بہت سارا آشیرواد ماتا جی دی گل سنیو ساڈی ماں چاچو کی تو ساڈی دادی ماں بہت سارا مان ہاں جی ماتا جی اچھا جی اچھا جی شکریہ ماتا جی شکریہ میری ماں ایک ماما نے بہت فرمائش سی لیکن سما نہیں اجازت دیندا ایک میرا گانا سی تپاں دا نہیں ڈر مینوں شاماں میرے نال نے لوکو میری ماں دیاں دعاواں میرے نال پر یہ فرمائش میں ہوں گا نہیں سکتا کیونکہ ٹائم تھوڑا تو میں لاسٹ ساجری کہہ دینی ہے جڑے گرو رداس مہاراج جی پیار کر دے ذرا ایک واری واہ 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 ساڈے مہاپرش تشریف لے کے آئے ہیں میں انہوں جی ہے کہنا انہوں نے نال جنہ پروار آیا مہاپرشاں نوں اتھے استقبال ہے بہت بہت مہربانی جی ہاں جی بھنا بھی بیٹھیاں ਵੀਰ ਵੀ ਬੈਠੇ ਬਜ਼ੁਰਗ ਵੀ ਬੈਠੇ ਭੈਣਾਂ ਹੁਣ ਉਹਨਾਂ ਨੇ ਹੱਥ ਖੜੇ ਕਰਕੇ ਦੱਸਣੇ ਆ ਜਿਨ੍ਹਾਂ ਨੇ ਘਰ ਦਾ ਕੰਮ ਕਾਰ ਕਰਨ ਤੋਂ ਪਹਿਲਾਂ ਗੁਰੂ ਰਵਿਦਾਸ ਵਰਨ ਨੂੰ ਧਿਆ ਕੇ ਕੰਮ ਸ਼ੁਰੂ ਕੀਤਾ ਹੱਥ ਖੜੇ ਕਰਕੇ ਦੱਸ ਦਿਓ ਇੱਕ ਵਾਰੀ ਲੈ ਆ ਤਾਂ 10-15 ਦੇ ਹੱਥ ਖੜੇ ਹੋਏ ਆ ਬਾਕੀ ਕਿਤੇ ਭੈਰੋ ਜਤੀ ਨੂੰ ਧਿਆ ਨਹੀਂ ਹੋਣੀਆਂ ਉਹ ਜਿਹੜੀਆਂ ਗੁਰੂ ਰਵਿਦਾਸ ਮਹਾਰਾਜ ਨੂੰ ਧਿਆ ਕੇ ਘਰ ਦਾ ਕੰਮ ਕਾਰ ਕਰਦੀਆਂ ਹੱਥ ਖੜੇ ਕਰਕੇ ਦੱਸ ਦਿਓ ਬਹੁਤ ਮਿਹਰਬਾਨੀ ਥੱਲੇ ਕਰ ਲਓ ਜੀ ਬਿੱਲੀ ਸਾਡਾ ਛੋਟਾ ਭਾਈ ਮੈਂ ਕੰਮ ਕਰਦੇ ਕਰਦੀਆਂ ਨੀ ਮੇਰੀ ਸੁਰਤ ਗੁਰਾਂ ਦੇ ਵੱਲ ਰਹਿੰਦੀ ਹੌਲੀ ਬੋਲੋ ਭੈਣਾ ਮੈਂ ਕੰਮ ਕਰਦੇ ਕਰਦੀਆਂ ਨੀ ਮੇਰੀ ਸੁਰਤ ਗੁਰਾਂ ਦੇ ਵੱਲ ਰਹਿੰਦੀ ਬੇ ਬੱਲੇ ਬੱਲੇ ਇੰਨੀ ਆਵਾਜ਼ ਆਈ ਸੀ ਜੋ ਰਹਿਣ ਦਿਓ ਹਾਂਜੀ 1 2 1 2 3 ਵਾ ਕਰਦੀਆਂ ਸੁਰਤ ਗੁਰਾਂ ਦੇ ਵੱਲ ਰਹਿੰਦੀ ਮੈਂ ਕੰਮ ਕਰਦੇ ਕਰਦੀਆਂ ਮੇਰੀ ਸੁਰਤ ਗੁਰਾਂ ਦੇ ਵੱਲ
ਰੋਟੀ ਪਾਵਾਂ ਤਵੇ ਤੇ ਜਦ ਮੈਂ ਰੋਟੀ ਪਾਵਾਂ ਹਰ ਹਰ ਸੋਹੰਗ ਨਾਮ ਲਿਆਵਾਂ ਹਰ ਹਰ ਸੋਹੰਗ ਨਾਮ ਲਿਆਵਾਂਵੱਟ ਸੈਪ ਨੂੰ ਹੱਥ ਨਾ ਲਾਵਾਂ ਫੇਸਬੁੱਕ ਤੇ ਸਮਾਂ ਗਵਾ ਨਾ ਚੁਗਲੀ ਮਿੰਦਿਆ ਵਿੱਚ ਨਾ ਪੈਂਦੀ ਮੈਂ ਚੁਗਲੀ ਮਿੰਦਿਆ ਵਿੱਚ ਨਾ ਪੈਂਦੀ ਮੈਂ ਕੰਮ ਕਰਦੇ ਕਰਦੀ ਆ ਮੇਰੀ ਸੁਰਤ ਗੁਰਾਂ ਦੇ ਵੱਲ ਰਹਿੰਦੀ ਕਰਦੀ ਆ ਮੇਰੀ ਸੁਰਤ ਗੁਰਾਂ ਦੇ ਵੱਲ ਰਹਿੰਦੀ ਸਿਆਣੇ ਕਹਿੰਦੇ ਭਾਈ ਰਾਮ ਜੀ ਦਾ ਗਿੱਧਾ ਭਾਵੇਂ ਪੁੱਠਾ ਤੇ ਭਾਵੇਂ ਜੇ ਤੁਹਾਨੂੰ ਚੰਗਾ ਲੱਗਿਆ ਫਿਰ ਜ਼ੋਰਦਾਰ ਤਾਲੀਆਂ ਵਜਾ ਕੇ ਇਜਾਜ਼ਤ ਦੇ ਦਿਓ ਬਹੁਤ ਬਹੁਤ ਮਿਹਰਬਾਨੀ ਜੈ ਮਈਆ ਭਗਵਾਨ ਦੀ ਜੈ ਮਈਆ ਭਗਵਾਨ ਦੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਬੂਟਾ ਮੁਹੰਮਦ ਜੀ ਜ਼ੋਰਦਾਰ ਤਾੜੀ ਬਹੁਤ ਹੀ ਵਧੀਆ ਹਾਜ਼ਰੀ ਕਿਉਂਕਿ ਇਹਨਾਂ ਦਾ ਆਪਣਾ ਅੰਦਾਜ਼ ਹੈ ਸੋ ਆਪਣਾ ਇਹ ਹਾਜ਼ਰੀ ਜਿਹੜੀ ਹੈ ਲਾਜਵਾਬ ਹੋਈ ਹੈ ਮੈਂ ਕੰਮ ਕਰਦੇ ਕਰਦੀ ਹਾਂ ਮੇਰੀ ਸੁਰਤ ਗੁਰਾਂ ਵਿੱਚ ਰਹਿੰਦੀ ਸੋ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਕਰੀ ਜ਼ੋਰਦਾਰ ਤਾੜੀਆਂ ਆਪੋ ਆਪਣੇ ਗੁਰੂ ਵਾਸਤੇ ਸਤਿਗੁਰੂ ਰਵਿਦਾਸ ਮਹਾਰਾਜ ਦੋ ਚਾਰ ਲਾਈਨਾਂ ਕਿਉਂਕਿ ਕਹਿੰਦੇ ਨੇ ਕਿ ਰਾਜ ਭਾਗ ਤੱਕ ਪਹੁੰਚਣਾ ਹੁੰਦੀ ਦਲਤਾਂ ਦਾ ਸਤਿਕਾਰ ਨਾ ਹੁੰਦਾ ਰਾਜ ਭਾਗ ਤੱਕ ਪਹੁੰਚਣਾ ਹੁੰਦੀ ਦਲਤਾਂ ਦਾ ਸਤਿਕਾਰ ਨਾ ਹੁੰਦਾ ਜੇ ਭਾਰਤ ਦੀ ਧਰਤੀ ਉੱਤੇ ਸ਼੍ਰੀ ਗੁਰੂ ਰਵਿਦਾਸ ਅਵਤਾਰ ਨਾ ਹੁੰਦਾ ਪਾਟੀ ਧੋਤੀ ਮੈਲਾ ਕੁੜਤਾ ਤਨ ਤੋਂ ਕਦੇ ਉਤਾਰ ਨਾ ਹੁੰਦਾ ਮੀਰਾ ਦਾ ਵੀ ਦੁਨੀਆ ਉੱਤੇ ਇੰਨਾ ਕਦੇ ਸਤਿਕਾਰ ਨਾ ਹੁੰਦਾ ਜੇ ਗੁਰੂ ਨੇ ਝਾਲਾ ਉੱਤੇ ਕੀਤਾ ਕੋਈ ਉਪਕਾਰ ਨਾ ਹੁੰਦਾ ਧਰਮ ਦੇ ਠੇਕੇਦਾਰਾਂ ਦਾ ਟੁੱਟਿਆ ਫਿਰ ਹੰਕਾਰ ਨਾ ਹੁੰਦਾ ਜੇ ਭਾਰਤ ਦੀ ਧਰਤੀ ਉੱਤੇ ਸ਼੍ਰੀ ਗੁਰੂ ਰਵਿਦਾਸ ਅਵਤਾਰ ਨਾ ਹੁੰਦਾ ਸੋ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਔਰ ਛਪਾਰ ਤੋਂ ਸਾਡੇ ਸੋਨੂੰ ਬਾਬਾ ਜੀ ਉਹਨਾਂ ਦੇ ਨਾਂ ਦੇ ਉੱਤੇ ਬਹੁਤ ਸਾਰੀ ਬੇਅੰਤ ਮਾਇਆ ਜਿਹੜੀ ਅਰਦਾਸ ਕਰਾਈ ਗਈ ਹੈ ਸ਼ੁਕਰੀਆ ਮਿਹਰਬਾਨੀ ਔਰ ਰਹੀਮਾਬਾਦ ਤੋਂ ਸਾਡੇ ਬਾਬਾ ਜੀ ਦਿਲਾ ਰਾਮ ਜੀ ਉਹਨਾਂ ਦੇ ਨਾਂ ਦੇ ਉੱਤੇ ਵੀ ਬਹੁਤ ਸਾਰੀ ਮਾਇਆ ਜਿਹੜੀ ਹੈ ਸੋ ਅਰਦਾਸ ਕਰਾਈ ਗਈ ਹੈ ਸ਼ੁਕਰੀਆ ਮਿਹਰਬਾਨੀ ਤਹਿ ਦਿਲੋਂ ਮੈਂ ਸ਼ੁਕਰੀਆ ਅਦਾ ਕਰਦਾ ਔਰ ਇਹ ਬਹੁਤ ਸਾਰਾ ਮਾਣ ਸਤਿਕਾਰ ਸਾਰਿਆਂ ਵੱਲੋਂ ਹੀ ਆਇਆ ਸੋ ਇਸ ਕਰਕੇ ਆਓ ਜੀ ਖਾਨ ਸਾਹਿਬ ਨਹੀਂ ਬੈਠੇ ਤਾਂ ਹੈਗੇ ਆ ਨਾ ਆ ਤਾਂ ਭੇਜ ਹੀ ਰਿਹਾ ਆਪਣਾ ਭਰਾ ਪਰ ਉਹ ਬੈਠੇ ਇੱਕ ਵਾਰੀ ਤਾੜੀਆਂ ਮਾਰੋ ਜੀ ਖਾਨ ਵਾਸਤੇ ਜ਼ੋਰਦਾਰ ਤਾੜੀਆਂ ਸੋ ਬਹੁਤ ਹੀ ਪਿਆਰਾ ਸਾਡਾ ਵੀਰ ਯਾਰਾਂ ਦਾ ਯਾਰ ਹੈ ਅਤੇ ਆਓ ਪੇਜੀ ਸ਼ਾਹ ਕੋਟੀ ਸਾਹਿਬ ਐਸਾ ਇੱਕ ਘਰਾਨਾ ਸੋ ਜੇ ਇਸ ਘਰਾਨੇ ਨੇ ਪੰਜਾਬੀ ਮਾਂ ਬੋਲੀ ਦੇ ਵਿਹੜੇ ਦੇ ਵਿੱਚ ਬਹੁਤ ਹੀ ਸੁਰੀਲੇ ਸੁਰੀਲੇ ਜਿਹੜੇ ਫੁੱਲ ਹੈ ਉਹ ਲਾਏ ਹੈ ਸੋ ਉਸ ਪਰਿਵਾਰ ਦੇ ਵਿੱਚੋਂ ਇੱਕ ਹੋਰ ਹੈ
ਸੁਰੀਲਾ ਫੁੱਲ ਜਿਹੜਾ ਤੁਹਾਡੀ ਨਜ਼ਰ ਕਰਨ ਜਾ ਰਿਹਾ ਹੈ ਪਿਆਓ ਬਿਲਕੁਲ ਮੈਜੀਸ਼ੀਅਨ ਸਾਡੇ ਤਿਆਰ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਬਹੁਤ ਹੀ ਪਿਆਰਾ ਸਾਡਾ ਵੀਰ ਸੁਰੀਲਾ ਵੀਰ ਭੇਜੀ ਸ਼ਾਹਕੋਟੀ ਜੀ ਅਸ਼ੋਕ ਫਲੋਰੀਆ ਸਾਹਿਬ ਸਾਡੇ ਨੰਬਰਦਾਰ ਸਾਹਿਬ ਸਾਡੇ ਵੱਡੇ ਭਾਜੀ ਸ਼ੁਕਰੀਆ ਮਿਹਰਬਾਨੀ ਨਾਜ਼ਮਾ ਖਾਨ ਸੋ ਵੀ ਤਸ਼ਰੀਫ ਰੱਖਦੇ ਆ ਦਰਬਾਰ ਦੇ ਵਿੱਚ ਉਹ ਵੀ ਹਾਜ਼ਰੀ ਭਰਨਗੇ ਮੇਰੇ ਸਾਈਂ ਜੀ ਸਾਈਂ ਵਰਨ ਸੋਪਤੀ ਜੀ ਉਹਨਾਂ ਵੱਲੋਂ ਬੇਹੱਦ ਮਾਣ ਸਤਿਕਾਰ ਸ਼ੰਭੂ ਬਾਬਾ ਜੀ ਬਹੁਤ ਸਾਰਾ ਮਾਣ ਸਤਿਕਾਰ ਬਿੱਟੂ ਭਾਜੀ ਔਰ ਕੁਨਾਲ ਪਾਸੀ ਸਾਹਿਬ ਬਹੁਤ ਸਾਰਾ ਮਾਣ ਸਤਿਕਾਰ ਸਿੱਧੂ ਸਿੱਧਵਾਂ ਵਾਲਾ ਸਾਡਾ ਵੀਰ ਵਾਰੀ ਵਾਰੀ ਹਾਜ਼ਰੀਆਂ ਇਸ ਤੋਂ ਬਾਅਦ ਜੀ ਖਾਨ ਸਾਹਿਬ ਉਹ ਦਰਬਾਰ ਦੇ ਵਿੱਚ ਹਾਜ਼ਰੀ ਭਰਨਗੇ ਔਰ ਟੀਵੀ 10 GR 4860 ਇੱਕ ਮੋਟਰਸਾਈਕਲ ਇੱਥੋਂ ਚੱਕਿਆ ਗਿਆ ਜੇ ਭੁਲੇਖੇ ਨਾਲ ਕਿਸੇ ਦੀ ਚਾਬੀ ਲੱਗ ਗਈ ਇੱਧਰ ਉੱਧਰ ਲੈ ਗਿਆ ਤਾਂ ਉਹ ਜਿਹੜਾ ਵਾਪਸ ਕਰ ਦਿਓ ਵਾਹ ਜੀ ਵਾਹ ਇੱਕ ਹੋਰ ਸ਼ਾਹਕੋਟੀ ਪਰਿਵਾਰ ਸਾਹਿਬ ਦਾ ਸੋ ਪਰਿਵਾਰ ਦਾ ਇੱਕ ਬਹੁਤ ਹੀ ਸੁਰੀਲਾ ਫਨਕਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਸੋ ਜਿੰਨਾ ਸੁਰੀਲਾ ਫਨਕਾਰ ਆ ਉਨਾ ਹੀ ਪਿਆਰਾ ਦਿਲਦਾਰ ਸਾਡਾ ਵੀਰ ਹੈ ਆਓ ਇੱਕ ਤਾਂ ਹੱਥ ਜੋੜ ਕੇ ਬੇਨਤੀ ਕਿ ਇੱਧਰਲੇ ਪਾਸਿਓਂ ਜਿਹੜੀ ਹੈ ਥੋੜ੍ਹੀ ਗਹਿਮਾ ਗਹਿਮੀ ਘੱਟ ਕਰ ਦਿਓ ਰਸਤਾ ਜਿਹੜਾ ਬਿਲਕੁਲ ਫਰੀ ਕਰ ਦਿਓ ਔਰ ਇੱਧਰੋਂ ਵੀ ਥੋੜ੍ਹਾ ਥੋੜ੍ਹਾ ਆਪਾਂ ਪਿੱਛੇ ਨੂੰ ਹੋ ਜਾਈਏ ਵਿਜੇ ਕਾਰ ਬਾਜ਼ਾਰ ਗੜਾ ਸੋ ਬਹੁਤ ਸਾਰਾ ਮਾਣ ਸਤਿਕਾਰ ਥੋੜ੍ਹਾ ਥੋੜ੍ਹਾ ਆਪਾਂ ਪਿੱਛੇ ਨੂੰ ਹੋ ਜਾਈਏ ਜੇ ਬੈਠ ਹੁੰਦਾ ਤਾਂ ਬੈਠ ਜਾਓ ਸਾਰੇ ਬਾਈ ਕਿਉਂਕਿ ਬਹੁਤ ਵਧੀਆ ਢੰਗ ਦੇ ਨਾਲ ਸਵੇਰ ਦਾ ਮੇਲਾ ਚੱਲ ਰਿਹਾ ਹਾਲੇ ਅੱਧੀ ਰਾਤ ਤੱਕ ਇਹ ਚੱਲਣਾ ਹੈ ਅੱਧੀ ਰਾਤ ਕੀ ਪੂਰੀ ਰਾਤ ਹੀ ਚੱਲਣਾ ਹੈ ਸੋ ਇਸ ਕਰਕੇ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰੋ ਅਤੇ ਆਓ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਕਿਉਂਕਿ ਫਨਕਾਰ ਆਪੋ ਆਪਣੀ ਪਾਰੀ ਦੀ ਉਡੀਕ ਕਰ ਰਹੇ ਹੈ ਸੋ ਇਸ ਕਰਕੇ ਮਾਈਕ ਜਿਹੜਾ ਹੈ ਸੋ ਭੇਜੀ ਸ਼ਾਹਕੋਟੀ ਸਾਹਿਬ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਨਾਲ ਸਭ ਤੋਂ ਪਹਿਲਾਂ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਇੱਕ ਵਾਰੀ ਜਿਹੜਾ ਦਾਤਾ ਜੀ ਦੇ ਵਾਸਤੇ ਮਈਆ ਭਗਵਾਨ ਜੀ ਦੇ ਵਾਸਤੇ ਜ਼ੋਰਦਾਰ ਤਾੜੀਆਂ ਲਾਓ ਉਹਨਾਂ ਦੇ ਨਾਮ 'ਤੇ ਜਿਹੜੇ ਵੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਬੈਠੇ ਨੇ ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮਈਆ ਭਗਵਾਨ ਨਿੰਮੋ ਸਰਕਾਰ ਜੀ ਸਾਡੇ ਮਈਆ ਭਗਵਾਨ ਜੀ ਔਰ ਸ਼ੰਭੂ ਬਾਬਾ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਮੈਂ ਇੱਥੇ ਵੈਸੇ ਹੀ ਖੰਨੇ ਪ੍ਰੋਗਰਾਮ ਸੀ ਕੋਈ ਉੱਧਰੋਂ ਨਿਕਲ ਰਿਹਾ ਸੀ ਅਤੇ ਸਲੀਮ ਨੂੰ ਦੇਖਿਆ ਲਾਈਵ ਗਾਉਂਦੇ ਹੋਏ ਅਤੇ ਮੈਂ ਕਿਹਾ ਚਲੋ ਮੈਂ ਵੀ ਮੱਥਾ ਟੇਕਦਾ ਪਰ ਹਾਜ਼ਰੀ ਵੀ ਤੁਸੀਂ ਲਗਵਾ ਰਹੇ ਹੋ ਸਭ ਮਈਆ ਭਗਵਾਨ ਜੀ ਦੀ ਕਿਰਪਾ ਹੈ ਸੋ ਅਸੀਂ ਤਾਂ ਸ਼ੁਰੂ ਤੋਂ ਹੀ ਇੱਥੇ ਗਾ ਰਹੇ ਹਾਂ ਦਰਬਾਰੀ ਗਵਾਈਏ ਹਾਂ ਜੀ ਇੱਥੇ ਦੇ ਅਸੀਂ ਦਰਵੇਸ਼ ਹਾਂ ਕੁੱਤੇ ਹਾਂ ਸੋ ਗਾਉਂਦੇ ਰਹਾਂਗੇ ਜਿੰਨਾ ਚਿਰ ਜਿਉਂਦੇ ਰਹਾਂਗੇ ਅਤੇ ਜੇ ਗਾਉਂਦੇ ਰਹਾਂਗੇ